ਇਹ ਤਾਂ ਸਾਰੇ ਵਿਚਾਰੇ ਆਪ ਨੌਕਰੀਆਂ ਪੇਸ਼ੇ ਵਾਲੇ ਨੇ ਜੋ ਅਸੀਂ ਪਿੱਛੇ ਵੀ ਬੰਦ ਕਰਾਇਆ ਪਰ ਸਾਡਾ ਰੋਸ ਆ ਮੋਦੀ ਸਰਕਾਰ ਨਾਲ ਅਡਾਨੀ ਨਾਲ ਅੰਬਾਨੀ ਨਾਲ ਰਿਲਾਇਸ ਨਾਲ ਅਸੀਂ ਇਹਨਾਂ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਅਸੀਂ ਸਾਧਮਈ ਤਰੀਕੇ ਦੇ ਨਾਲ ਇਹਨਾਂ ਨੂੰ ਕਹਿੰਦਾ ਭਾਈ ਬੰਦ ਕਰ ਦਿਓ ਮੈਂ ਆਪਣੇ ਤੁਹਾਡੇ ਮੀਡੀਆ ਦੇ ਜ਼ਰੀਏ ਮੈਂ ਜਿੰਨੇ ਪੰਜਾਬ ਦਾ ਝੂਠ ਆ ਜਿੰਨੇ ਪੰਜਾਬ ਦੇ ਬਜ਼ੁਰਗ ਨੇ ਜਿੰਨਾ ਕਿਸਾਨ ਜੋ ਦਿੱਲੀ ਪਹੁੰਚੇ ਹੋਏ ਨੇ ਐਡਾ ਬੜਾ ਸੰਘਰਸ਼ ਚੱਲ ਰਿਹਾ ਸਾਰਿਆਂ ਨੂੰ ਕਹਿੰਦਾ ਹੱਥ ਬੰਨ ਕੇ ਆ ਜੀਓ ਦੇ ਜਿੰਨੇ ਸਿੰਮ ਨੇ ਇਹ ਬੰਦ ਕਰਾਓ ਇਹ ਜੀਓ ਦੇ ਸਿੰਮ ਇਹਨਾਂ ਨੇ ਆਪਾਂ ਨੂੰ ਦਿੱਤੇ ਫ੍ਰੀ ਫ੍ਰੀ ਦੇ ਕੇ ਇਹਨਾਂ ਨੇ ਆਪਾਂ ਨੂੰ ਜਾਲ 'ਚ ਫਸਾ ਲਿਆ ਉਸ ਤੋਂ ਬਾਅਦ 5,000 ਰੁਪਈਆ 1,000 ਰੁਪਈਆ ਪਵਾਓ 250 ਰੁਪਈਆ ਪਵਾਓ ਇਹ ਆਪਾਂ ਨੂੰ ਭੁਲੇਖੇ 'ਚ ਰੱਖਦੇ ਆ ਇਹਨਾਂ ਦਾ ਮਕਸਦ ਇਹੀ ਆ ਪੰਜਾਬ ਨੂੰ ਖਤਮ ਕਰਨ ਦਾ ਪੰਜਾਬ ਨੂੰ ਭੁਲੇਖੇ 'ਚ ਰੱਖਣ ਦਾ ਪਰ ਹੁਣ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਨੌਜਵਾਨ ਪੰਜਾਬ ਦਾ ਹਰ ਇੱਕ ਵਰਗ ਲੋਕ ਜਾਗ ਚੁੱਕੇ ਨੇ ਹੁਣ ਅਸੀਂ ਮੋਦੀ ਸਰਕਾਰ ਤੋਂ ਜਾਂ ਬੀਜੇਪੀ ਦੀ ਗੰਦੀ ਸਰਕਾਰ ਤੋਂ ਡਰਨੇ ਵਾਲੇ ਨਹੀਂ ਅਸੀਂ ਮਰਨ ਮਰਾਉਣ ਤੱਕ ਜਾਵਾਂਗੇ ਚਾਹੇ ਸਾਡੀਆਂ ਜਾਨਾਂ ਚਲੀਆਂ ਜਾਣ ਚਾਹੇ ਅਸੀਂ ਇਹਨਾਂ ਦੀਆਂ ਗੋਲੀਆਂ ਤੋਂ ਨਹੀਂ ਡਰਦੇ ਚਾਹੇ ਸਾਡੇ ਸ਼ਰਿਆਂ ਗੋਲੀਆਂ ਮਾਰ ਦੇਣ ਪਰ ਅਸੀਂ ਪੰਜਾਬ ਬਚਾਉਣਾ ਕਿਸਾਨ ਬਚਾਉਣਾ ਅਸੀਂ ਆਪਣਾ ਹੱਕ ਵਾਪਸ ਲੈ ਕੇ ਛੱਡਾਂਗੇ ਪੱਟੀ ਜੀ ਦੇਖ ਮੋਦੀ ਕਹਿੰਦਾ ਬਹੁਤ ਜਿੱਦੀ ਬੰਦਾ ਪਰ ਹੁਣ ਤਾਂ ਕਾਫੀ ਹੱਦ ਹੋ ਚੁੱਕੀ ਹੈ ਅਸੀਂ ਵੀ ਬਹੁਤ ਜਿੱਦੀਆਂ ਜੀ ਜੱਟ ਵੀ ਬਹੁਤ ਜਿੱਦੀ ਜੱਟ ਤੋਂ ਬੜਾ ਜਿੱਦੀ ਕੋਈ ਹੋ ਨਹੀਂ ਸਕਦਾ ਅਸੀਂ ਆਪਣੇ ਹੱਕਾਂ ਲਈ ਆਪਣੇ ਜਵਾਕਾਂ ਦੇ ਭਵਿੱਖ ਲਈ ਅਸੀਂ ਪਿੱਛੇ ਹਟਣ ਵਾਲੇ ਨਹੀਂ ਮੈਂ ਤੁਹਾਨੂੰ ਹੁਣ ਵੀ ਕਹਿਣਾ ਅਸੀਂ ਮਰਨ ਮਰਾਉਣ ਵਾਲੇ ਆ ਜੇ ਮੋਦੀ ਨਹੀਂ ਮੰਨਦਾ ਮੰਨਣ ਵਾਲੇ ਅਸੀਂ ਵੀ ਨਹੀਂ ਮੰਨਣ ਵਾਲੇ ਜੱਟ ਵੀ ਨਹੀਂ ਇੱਕੋ ਦੋ ਲੈਣਾ ਜੀ ਤੁਹਾਨੂੰ ਦੱਸਦਾ ਜੀ ਦੋ ਲੈਣਾ ਚ ਇੱਕ ਮਿੰਟ ਆ ਪੁੱਤੇ ਅਸੀਂ ਦਸ਼ਮੇਸ਼ ਦੇ ਪੋਤੇ ਹਿੰਦ ਦੀ ਚਾਦਰ ਦੇ ਓਏ ਪੱਕੇ ਪੈਰੋਕਾਰ ਖਾਂ ਬੰਦਾ ਸਿੰਘ ਬਹਾਦਰ ਦੇ ਓਏ ਦੇਣੀਆਂ ਹੁਣ ਇੱਟ ਨਾਲ ਇੱਟ ਖੜਕਾ ਮੋਦੀਆ ਓਏ ਓਏ ਦੇਖੀ ਦਿੱਲੀ ਕਿੱਦਾਂ ਪਾਉਂਦੇ ਗਾ ਮੋਦੀਆ ਓਏ ਤੂੰ ਦੇਖੀ ਦਿੱਲੀ ਕਿੱਦਾਂ ਪਾਉਂਦੇ ਗਾ ਮੋਦੀਆ ਓਏ ਅਸੀਂ ਦਿੱਲੀ ਤੋਂ ਆਏ ਆ ਕੱਲ ਆ ਇੱਥੇ ਕਾ ਕਰਕੇ ਕੰਮ ਜਿਹਾ ਚੱਲੀਆਂ ਫੌਜਾਂ ਫਿਰ ਦਿੱਲੀ ਨੂੰ ਆ ਜਾ ਪੁੱਤ ਤੇਰੀ ਹਿੱਕ ਤੇ ਨੱਚ ਰਹੇ ਆ ਆ ਜਾ ਬੰਦ ਕਰਾਉਣੀਆਂ ਨੇ ਸਾਡੀ ਕੋਈ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਉਹਨਾਂ ਨਾਲ ਲੜਾਈ ਨਹੀਂ ਸਾਡਾ ਅੰਦੋਲਨ ਵਾਲੇ ਸ਼ਾਂਤ ਬਈ ਢਕਣਾ ਚੱਲ ਰਿਹਾ ਨਾ ਅਸੀਂ ਹੁੱਲੜਬਾਜ਼ੀ ਕਰਨੀ ਆ ਨਾ ਕੀਤੀ ਆ ਅਸੀਂ ਸ਼ਾਂਤ ਬਈ ਢਕਣਾ ਘਰ ਮੂਹਰੇ ਬਹਿ ਕੇ ਇਹ ਦੁਕਾਨਾਂ ਬੰਦ ਕਰਨੀਆਂ ਨੇ ਕਰਵਾ ਦੇ ਕਰਵਾ ਦੇ